ਆਓ ਹੁਣ ਨਜ਼ਰ ਮਾਰਦੇ ਹਾਂ ਪੰਜਾਬ ਦੇ ਵਿੱਚ ਰਾਜਨੀਤਿਕ ਬਿਆਨਬਾਜ਼ੀ ਤੇ। ਪੰਜਾਬ ਵਿੱਚ ਕਿਵੇਂ ਪੋਲੀਟੀਕਲ ਲੀਡਰ ਬਿਆਨਬਾਜ਼ੀ ਕਰ ਰਹੇ ਨੇ? ਮੈਨੂੰ ਲੱਗਦਾ ਜਿਹੜਾ ਕਾਂਗਰਸ ਪਾਰਟੀ ਨੇ ਪਹਿਲਾਂ ਤਾਂ ਸਿੱਧੂ ਸਾਹਿਬ ਦਾ ਰਿਜ਼ਾਈਨ ਰਾਹੁਲ ਨੂੰ ਗਿਆ, ਇੱਕ ਮਹੀਨਾ ਰਾਹੁਲ ਕੋਲ ਪੈਂਡਿੰਗ ਰਿਹਾ। ਇੱਥੋਂ ਰਾਹੁਲ ਗਾਂਧੀ ਦੀ ਪਾਰਟੀ ਉੱਤੇ ਪਕੜ ਜਿਹੜੀ ਕਮਜ਼ੋਰ ਖਤਮ ਹੋ ਚੁੱਕੀ ਆ। ਪਤਾ ਲੱਗਦਾ ਵੀ ਕੈਪਟਨ ਜੁੰਡਲੀ ਰਾਹੁਲ ਗਾਂਧੀ ਦੀ ਕਿਸੇ ਗੱਲ ਮੰਨਣ ਨੂੰ ਤਿਆਰ ਨਹੀਂ, ਮਜਬੂਰੀ ਬਸ ਉਹਨੂੰ ਵਾਇਰਲ ਕਰਨਾ ਪਿਆ ਨਵਜੋਤ ਨੂੰ। ਹੁਣ ਅਸਤੀਫਾ ਗਿਆ ਰਾਹੁਲ ਨੂੰ, ਕਾਂਗਰਸੀਆਂ ਨੇ ਕੋਈ ਮੱਲਮ ਨਹੀਂ ਲਾਈ, ਕਾਂਗਰਸੀਆਂ ਨੇ ਯਤਨ ਨਹੀਂ ਕੀਤੇ ਵੀ ਸਿੱਧੂ ਨੂੰ ਵਾਪਸ ਲੈ ਆਈਏ, ਉਲਟਾ ਜਲੀਲ ਕਰਨ ਲੱਗ ਗਏ। ਕਹਿੰਦੇ ਤਾਂ ਫਾਰਮੈਟ 'ਚ ਨਹੀਂ ਹੈਗਾ, ਇਹ ਤਾਂ ਸਪੀਕਰ ਨੂੰ ਨਹੀਂ ਗਿਆ, ਇਹ ਤਾਂ ਡਰਾਮੇਬਾਜ਼ੀ ਹੈ ਸਿੱਧੂ ਦੀ, ਇਹ ਤਾਂ ਮੁੱਖ ਮੰਤਰੀ ਨੂੰ ਨਹੀਂ ਗਿਆ, ਇਹ ਰਾਜਪਾਲ ਨੂੰ ਨਹੀਂ ਗਿਆ। ਸਿੱਧੂ ਸਾਹਿਬ ਹਜੇ ਵੀ ਇਹ ਜਲਾਲਤ ਸਹਿ ਰਹੇ ਆ। ਸੋ ਇਸ ਕਰਕੇ ਸਿੱਧੂ ਸਾਹਿਬ ਨੂੰ ਤੁਰੰਤ ਕਾਂਗਰਸ ਛੱਡ ਕੇ ਵਾਪਸ ਆਉਣਾ ਚਾਹੀਦਾ। ਕੈਪਟਨ ਤੋਂ ਵਧੀਆ ਸਮਝਦੇ ਹੋ ਮੁੱਖ ਮੰਤਰੀ ਬਣ ਸਕਦੇ ਹੋ? ਕੈਪਟਨ ਤੋਂ ਵਧੀਆ ਕੀ, ਮੈਂ ਕੈਪਟਨ ਦੀ ਗੱਲ ਕਰਾਂ। ਹੁਣ ਸਿੱਧੂ ਨੇ ਕਿਹਾ ਕੀ ਸੀ ਬਠਿੰਡੇ ਰਾਜੇ ਵੜਿੰਗ ਦੀ ਕੰਪੇਨ 'ਚ ਜਾ ਕੇ? ਇਹ ਕਹਿਤਾ ਵੀ ਕੈਪਟਨ ਅਤੇ ਬਾਦਲ ਰਲੇ ਹੋਏ ਆ, ਹਿੱਸੇ 25% ਸ਼ੇਅਰ ਇਹਨਾਂ ਦਾ ਚੱਲ ਰਿਹਾ ਆਪਸ ਦੇ ਵਿੱਚ। ਹੁਣ ਇਹ ਕਿਹੜਾ ਕੋਈ ਝੂਠੀ ਗੱਲ ਹੈਗੀ ਆ? ਤੁਸੀਂ ਕਿਹੜੇ ਕੈਪਟਨ ਦੀ ਗੱਲ ਕਰਦੇ ਹੋ? ਉਹ ਕੈਪਟਨ ਜਿਹੜਾ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਪੰਜਾਬ ਨੂੰ ਕਹਿੰਦਾ ਅਸੀਂ 4 ਹਫ਼ਤਿਆਂ 'ਚ ਨਸ਼ਾ ਮੁਕਤ, ਰਿਸ਼ਵਤ ਖੋਰਾਂ ਤੋਂ, ਲੂਟ ਮਾਫੀਆ ਤੋਂ ਮੁਕਤ, ਹੋਇਆ ਕੋਈ ਪੰਜਾਬ ਦੇ ਵਿੱਚ ਕੰਮ? ਇਹ ਬੇੜਾ ਗਰਕ ਕਰਤਾ ਕੈਪਟਨ ਅਮਰਿੰਦਰ ਦੀ ਹਕੂਮਤ। ਸਾਡਾ ਪਾਣੀ ਸਾਡਾ ਹੱਕ, ਜਲ ਅੰਦੋਲਨ ਹੈਗਾ, ਇਸ ਜਲ ਅਤੇ ਜਨ ਅੰਦੋਲਨ ਨੂੰ ਅਸੀਂ ਪੰਜਾਬ ਦੇ ਹਰ ਘਰ ਤੱਕ ਪਹੁੰਚਦਾ ਕਰਨ ਦਾ ਟੀਚਾ ਰੱਖਿਆ। ਬੜਾ ਸਰਲ ਭਾਸ਼ਾ ਦੇ ਵਿੱਚ ਅਸੀਂ ਇਹ ਲਿਟਰੇਚਰ ਪ੍ਰਿੰਟ ਕਰਾਇਆ, ਜਿਹਦੇ ਤਹਿਤ ਇਹਨੂੰ ਪੜ੍ਹਨ ਤੋਂ ਬਾਅਦ ਪੰਜਾਬ ਦਾ ਹਰ ਵਾਸੀ, ਚਾਹੇ ਉਹ ਕਿਸੇ ਧਰਮ ਜਾਤ ਦਾ, ਕਿਸੇ ਪਾਰਟੀ ਨਾਲ ਸੰਬੰਧ ਰੱਖਣ ਵਾਲਾ, ਉਹਨੂੰ ਪੂਰੀ ਜਾਣਕਾਰੀ ਮਿਲ ਜਾਵੇ ਵੀ ਇਹ ਸਾਡਾ ਕਾਨੂੰਨ ਅਧਿਕਾਰ ਹੈ ਅਤੇ ਇਹ ਪਾਣੀ ਦੀ ਕੀਮਤ ਲਏ ਬਿਨਾਂ ਸਾਡੀ ਗੱਡੀ ਨਹੀਂ ਚੱਲਣੀ, ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਨਹੀਂ ਉਤਰਨੀ, ਪੰਜਾਬ ਦਾ ਤਰਜਈ ਕਰਜ਼ਾ ਮੁਕਤ ਨਹੀਂ ਹੋਣਾ। ਸੋ ਅਸੀਂ ਪਹਿਲੇ ਪੜਾਅ ਦੇ ਵਿੱਚ 21 ਲੱਖ ਲੋਕਾਂ ਤੋਂ ਇੱਕ ਤਾਂ ਅਸੀਂ ਇਹ ਹਰ ਘਰ ਪਹੁੰਚਦਾ ਕਰਾਂਗੇ ਲਿਟਰੇਚਰ ਜਾਣਕਾਰੀ ਨਾਲ ਭਰਪੂਰ, ਅਤੇ ਦੂਸਰਾ 21 ਲੱਖ ਲੋਕਾਂ ਦੇ ਸਾਈਨ ਕਰਾ ਕੇ ਇੱਕ ਪਟੀਸ਼ਨ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਵਿੱਚ ਕੇਸ ਦਾਇਰ ਕਰਾਂਗੇ, ਤਾਂ ਜੋ ਪੰਜਾਬ ਵਿਧਾਨ ਸਭਾ ਵਿੱਚ 16 ਨਵੰਬਰ 2016 ਨੂੰ ਪਾਸ ਹੋਏ ਮਤੇ ਅਨੁਸਾਰ, ਜਿਹਦੇ ਵਿੱਚ ਸਰਕਾਰ ਨੂੰ ਹੁਕਮ ਕੀਤਾ ਅਸੈਂਬਲੀ ਨੇ ਦਿੱਲੀ ਰਾਜਸਥਾਨ ਹਰਿਆਣਾ ਤੋਂ ਪਾਣੀ ਦੀ ਕੀਮਤ ਵਸੂਲੋ, ਇਹਦੇ ਲਈ ਸਰਕਾਰ ਨੂੰ ਹੁਕਮ ਕਰਾਏ ਜਾ ਸਕਣ ਵੀ ਤੁਸੀਂ 3 ਸਾਲ ਲੰਘ ਗਏ 16 ਨਵੰਬਰ 2016 ਤੋਂ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਕਿਉਂ ਨਹੀਂ ਭੇਜੇ? ਅਦਰ ਦੈਨ ਜੇ ਪਾਣੀ ਦੀ ਕੀਮਤ ਵਸੂਲ ਨਹੀਂ ਕਰਨੀ, ਪਾਣੀ ਕਰੋ ਰਾਜਸਥਾਨ ਨੂੰ ਜਾਂਦਾ ਬੰਦ। ਲੇਕਿਨ ਉਹਨਾਂ ਨੇ ਅਸਤੀਫਾ ਦਿੱਤਾ ਹੈ ਤਾਂ ਉਹਨਾਂ ਨੂੰ ਜੇ ਸਵਾਲ ਪੁੱਛੋ ਤਾਂ ਉਹ ਬੈਟਰ ਹੈ, ਅਤੇ ਜਿਹੜਾ ਉਹਨਾਂ ਦਾ ਐਕਸੈਪਟ ਕਰਨਾ ਜਾਂ ਨਾ ਕਰਨਾ, ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਣਾ ਹੀ ਹੈ, ਮੈਂ ਪਹਿਲਾਂ ਹੀ ਦੱਸ ਦੇਣਾ ਵੀ ਉਹ ਹਾਈ ਕਮਾਂਡ ਅਤੇ ਕੈਪਟਨ ਸਾਹਿਬ ਅਤੇ ਉਹਨਾਂ ਦਾ ਪ੍ਰੋਰੋਗੇਟਿਵ ਹੈ। ਸੋ ਇੱਕ ਅੱਧੇ ਦਿਨ 'ਚ ਕੋਈ ਨਾ ਕੋਈ ਫੈਸਲਾ ਹੋਏਗਾ। ਕੇਂਦਰ ਸਰਕਾਰ ਨੇ ਇਹ ਲੈਟਰ ਲਿਖੀ ਹੈ ਹੁਣ, ਲੇਕਿਨ ਪੰਜਾਬ ਸਰਕਾਰ ਦੇ ਜਿਹੜੇ ਸਾਡੇ ਮੁਖੀ ਨੇ ਕੈਪਟਨ ਅਮਰਿੰਦਰ ਸਿੰਘ ਔਰ ਪੰਜਾਬ ਸਰਕਾਰ ਸਾਰੀ, ਔਰ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੀ, ਜਦੋਂ ਸਾਡਾ ਸੈਂਟਰ 'ਚ ਵੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀ, ਅਸੀਂ ਉਦੋਂ ਦੇ ਕਹਿ ਰਹੇ ਹਾਂ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਜਿਹੜੀਆਂ ਕੋਈ ਟੈਰਰਿਸਟ ਐਕਟੀਵਿਟੀਜ਼ ਉੱਥੇ ਹੋ ਰਹੀਆਂ ਨੇ ਉਹਨਾਂ 'ਤੇ ਰੋਕਥਾਮ ਕਰਨ, ਔਰ ਜਿਹੜੇ ਫੰਡਾਮੈਂਟਲਿਸਟ ਨੇ ਉਹਨਾਂ ਨੂੰ ਕੰਟਰੋਲ 'ਚ ਰੱਖਣ, ਤਾਂ ਕਿ ਅਮਨ ਚੈਨ ਦੋਨਾਂ ਮੁਲਕਾਂ 'ਚ ਰਹੇ। ਮੈਂ ਸਮਝਦਾ ਕਿ ਕਮਜ਼ੋਰ ਨੇਤਰਤਵ ਹੈ ਕਿ ਇੱਕ ਵਿਅਕਤੀ ਬਿਨਾਂ ਕੁਛ ਕੀਤਿਆਂ ਹੀ ਆਪਣਾ ਸੈਲਰੀ ਲੈ ਰਿਹਾ। ਪਾਵਰ ਮਹਿਕਮਾ ਬੜਾ ਇੰਪੋਰਟੈਂਟ ਮਹਿਕਮਾ ਸੀ ਇਹਨਾਂ ਦਿਨਾਂ ਦੇ ਵਿੱਚ, ਅਤੇ ਖਾਸ ਕਰ ਜਿਸ ਵੇਲੇ ਕਿ ਸਿੰਚਾਈ ਦੀ ਲੋੜ ਸੀਗੀ, ਪਾਵਰ ਮਹਿਕਮੇ ਦਾ ਬੜਾ ਰੋਲ ਸੀ, ਔਰ ਉਹ ਵਿਅਕਤੀ ਜਿਹੜਾ ਹੈ ਉਹ ਬਿਨਾਂ ਕੁਛ ਕੰਮ ਕੀਤੇ ਹੀ ਆਪਣੀ ਸੈਲਰੀ ਡਰਾਅ ਕਰ ਰਿਹਾ। ਔਰ ਮੁੱਖ ਮੰਤਰੀ ਇੰਨੇ ਬੇਬਸ ਨੇ, ਕਿਉਂਕਿ ਇਹ ਪਹਿਲੀ ਪਾਰਟੀ ਹੈ ਜਿਹਦਾ ਰਾਸ਼ਟਰੀ ਨੇਤਰਤਵ ਆਪਣੇ ਹੀ ਮੁੱਖ ਮੰਤਰੀ ਨੂੰ ਕਮਜ਼ੋਰ ਕਰ ਰਿਹਾ, ਨਿਰਣੇ ਨਹੀਂ ਲੈਣ ਦੇ ਰਿਹਾ। ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜੇ ਉਹ ਨਹੀਂ ਇੱਕ ਵਿਅਕਤੀ ਚਾਹੁੰਦਾ ਕੰਮ ਕਰਨਾ, ਤਾਂ ਜ਼ਬਰਦਸਤੀ ਕਿਉਂ ਉਸ ਵਿਅਕਤੀ ਨੂੰ ਜਿਹੜਾ ਹੈ ਕਾਂਗਰਸ ਪਾਰਟੀ ਜਿਹੜੀ ਹੈ ਉਹ ਲੋਕਾਂ ਦੀ ਕਮਾਈ ਦੇ ਉੱਤੇ ਬਿਠਾ ਕੇ ਕੰਮ ਕਰਵਾਉਣਾ ਚਾਹੁੰਦੀ ਹੈ? ਪੰਜਾਬ ਦਾ ਦੁਰਭਾਗ ਹੈ ਕਿ ਅੱਜ ਪੰਜਾਬ ਵਿੱਚ ਸਰਕਾਰ ਹੀ ਨਹੀਂ ਹੈ, ਕਿਉਂਕਿ ਜਿਹੜੀ ਲੋਕਾਂ ਦੀ ਚੁਣੀ ਸਰਕਾਰ ਹੈ ਉਹ ਹਮੇਸ਼ਾ ਡਿਜ਼ਾਸਟਰ ਮੈਨੇਜਮੈਂਟ ਦਾ ਧਿਆਨ ਰੱਖਦੀ ਰਹੀ। ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਹੜ੍ਹਾਂ ਤੋਂ ਪਹਿਲੇ ਹੜ੍ਹਾਂ ਤੋਂ ਬਚਣ ਦਾ ਨਿਵਾਰਨ ਹੁੰਦਾ ਸੀ, ਸਾਰੇ ਉਹ ਰੈਮੇਡੀਅਲ ਸਟੈਪ ਲਿੱਤੇ ਜਾਂਦੇ ਨੇ, ਪਰ ਸਰਦਾਰ ਅਮਰਿੰਦਰ ਸਿੰਘ ਜਿਹੜੇ ਨੇ ਉਹ ਉਹਨਾਂ ਦਾ ਧਿਆਨ ਹੀ ਨਹੀਂ ਹੈ ਆਪਣੀ ਜ਼ਿੰਮੇਵਾਰੀ ਵੱਲ। ਮੰਤਰੀ ਮੰਡਲ ਜਿਹੜਾ ਹੈ ਉਹ ਕਨਫਿਊਜ਼ਡ ਹੈ, ਕਿਸੇ ਜਗ੍ਹਾ ਜਾਂਦਾ ਹੀ ਨਹੀਂ, ਔਰ ਕੁਰਸੀ ਦੀ ਲੜਾਈ ਜਿੰਨਾ ਉਲਝੇ ਨੇ ਕਿ ਲੋਕ ਭੁੱਲ ਗਏ ਨੇ ਜਿਹਨਾਂ ਲੋਕਾਂ ਨੇ ਵੋਟ ਪਾ ਕੇ ਇਹਨਾਂ ਨੂੰ ਚੁਣਿਆ ਸੀ। ਅੱਜ ਮੈਨੂੰ ਪਤਾ ਲੱਗਾ ਕਿ ਆਈ ਜੀ ਸਾਹਿਬ ਦੀ ਕੋਠੀ ਡੁੱਬ ਗਈ, ਘੱਗਰ ਦਾ ਜਿਹੜਾ ਪੁੱਲ ਹੈ ਉਹ ਟੁੱਟ ਗਿਆ, ਕਿੱਥੇ ਹੈ ਸਰਕਾਰ? ਮੈਂ ਸਮਝਦਾ ਵਾਂ ਕਿ ਇਸ ਤੋਂ ਨਿਕੰਮੀ ਔਰ ਨਿਸ਼ਕ੍ਰਿਯ ਸਰਕਾਰ ਜਿਹੜੀ ਹੈ ਜੋ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ
कांग्रेस की सरकार पंजाब अज तक इतिहास नहीं आई और इस सरकार का जो कार्यकाल होगा काले अक्षर के नाल इतिहास ही लिखा जाएगा। तो पंजाब सरकार नूं सैकड़े करोड़ रुपया हरजाना भरना पैंदा। सो मेरी समझ तो बालातर है, मेरी अकल दंग है कि अज भी म्यूनिसिपल कारपोरेशन को तकरीबन 100 करोड़ रुपया उन्होंने खातों से जमा है। मेरी अकल दंग है कि इन्होंने पिछले 2 साल 5 साल 10 साल ये काम क्यों नहीं कराए। इतों तक कि हरसिमरत कौर का एम पी लैड का जो 43 लाख है तो रकम बड़ी छोटी, मेरा 1 करोड़ रुपया, 15 करोड़, अमृत के 43 करोड़, ये टेंडर क्यों नहीं ला रहे, ये मेरी समझ तो बाहर है। सो ये जवाब जोड़े है या तो मेयर दे सकते हैं तो या हरसिमरत कौर बादल दे सकती है। पर कई बार की होंगे कि कुबे दे लत वजी तो कुबे का कुब निकल जाता है। खुशकिस्मती यह है कि अगले 6 महीनों बठिंडे कारपोरेशन के इलेक्शन आ रहे हैं और बठिंडे के जोड़े लोग है वो बाशहूर लोग है वो इसका फैसला कर देंगे कि जो बठिंडे के हालात बने हुए है यदि जिम्मेवारी कि जाती है। जी कांग्रेस पार्टी है ना इनू भारत की संस्कृति सभ्यता और गौ माता का कोई ना संबंध नहीं है और त्रिपत बाजवा जी का जो बयान है वह भी इस गल की पुष्टि करता है। बाजवा साहब जब तो कांग्रेस की सरकार बनी है तब तो कांग्रेस सरकार लगातार काउ सेंस इकट्ठा कर रही है। काउ सेंस का मतलब होता है कि वह सेंस जरा गौ माता वास्ते है और उनकी सार संभाल वास्ते ही खर्च होएगा। ਤੁਸੀਂ ਸਮਝਾਓ ਜਦ ਤੋਂ ਤੁਹਾਡੀ ਸਰਕਾਰ ਵੀ 2.5 ਸਾਲ 'ਚ ਤੁਸੀਂ ਇੰਨਾ ਪੈਸਾ ਇਕੱਠਾ ਕੀਤਾ ਉਸ 'ਚੋਂ 1 ਪੈਸਾ ਵੀ ਕਿਆ ਗਊ ਮਾਤਾ ਦੇ ਕੀਤਾ। ਇਹ ਸਰਕਾਰ ਗਊ ਮਾਤਾ ਵਿਰੋਧੀ ਹੈ ਔਰ ਤ੍ਰਿਪਤ ਬਾਜਵਾ ਦਾ ਬਿਆਨ ਇਹਦੀ ਪੁਸ਼ਟੀ ਕਰਦਾ ਹੈ। ਸੈਂਟਰ ਦੇ ਜਿਹੜੇ ਕਲਚਰ ਟੂਰਿਜ਼ਮ ਮੰਤਰੀ ਨੇ ਸ਼੍ਰੀ ਪ੍ਰਹਲਾਦ ਪਟੇਲ ਜੀ ਉਹਨਾਂ ਨੂੰ ਮੈਂ ਮੰਗ ਕੀਤੀ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਲਈ ਜਿਹੜਾ ਸਿੱਖਾਂ ਦਾ ਜਨਮ ਸਥਾਨ ਆ ਉਹਨੂੰ ਟੂਰਿਸਟ ਹੱਬ ਬਣਾਉਣ ਲਈ ਬਾਦਲ ਸਾਹਿਬ ਦੇ ਟਾਈਮ ਅਸੀਂ ਇੱਕ ਪ੍ਰੋਜੈਕਟ ਰਿਪੋਰਟ ਭੇਜੀ ਸੀ 100 ਕਰੋੜ ਰੁਪਏ ਦੀ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਆਉਂਦੇ ਹੀ ਸਰ ਨਵਜੋਤ ਸਿੰਘ ਸਿੱਧੂ ਹੋਰੀ ਜੋ ਮੰਤਰੀ ਸੀ ਇਹਨਾਂ ਨੇ ਉਹ ਪ੍ਰੋਜੈਕਟ ਰਿਪੋਰਟ ਬਦਲਤੀ। ਉਦੋਂ ਸਿੱਧੂ ਸਾਹਿਬ ਨੂੰ ਮਿਲ ਕੇ ਵੀ ਮੈਂ ਮੰਗ ਕੀਤੀ ਸੀ ਵੀ ਇਹ ਤੁਸੀਂ ਨਾ ਬਦਲੋ, ਬੜੀ ਅਹਿਮੀਅਤ ਆ ਸ਼੍ਰੀ ਅਨੰਦਪੁਰ ਸਾਹਿਬ ਦੀ, ਪਰ ਉਹਨਾਂ ਨੇ ਚੇਂਜ ਕਰ ਲਿਆ, ਉਹਦੀ ਮਰਜ਼ੀ ਸੀ। ਪਰ ਹੁਣ ਪੰਜਾਬ ਸਰਕਾਰ ਨੇ ਜਿਹੜੀ ਪ੍ਰੋਜੈਕਟ ਰਿਪੋਰਟ ਭੇਜੀ ਆ ਉਹਦੇ 'ਤੇ ਅਮਲ ਕਰਨ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪਹਿਲੀ ਪ੍ਰੋਜੈਕਟ ਰਿਪੋਰਟ ਆ ਬਾਦਲ ਸਾਹਿਬ ਦੇ ਟਾਈਮ ਦੀ, ਕਿਉਂਕਿ ਵਿਰਾਸਤ ਏ ਖਾਲਸਾ ਦੇ ਦੁਆਲੇ ਅਸੀਂ ਝੀਲ ਬਣਾਉਣੀ ਚਾਹੁੰਦੇ ਹਾਂ। ਵਿਰਾਸਤ ਏ ਖਾਲਸਾ ਦੇ ਨਾਲ ਲੱਗਦਾ ਸੈਂਟਰ ਜਿਹੜਾ ਆਲਾ ਦੁਆਲਾ ਉਹਨੂੰ ਟੂਰਿਸਟ ਪੁਆਇੰਟ ਆਫ ਵਿਊ ਤੋਂ ਵਿਕਸਿਤ ਕਰਨਾ ਚਾਹੁੰਦੇ ਹਾਂ। 10,000 ਤੋਂ ਵੱਧ ਲੋਕ ਵਿਰਾਸਤ ਏ ਖਾਲਸਾ ਨੂੰ ਡੇਲੀ ਦੇਖਣ ਆਉਂਦੇ ਨੇ। ਨਸ਼ਾ ਤਾਂ ਨਹੀਂ ਖਤਮ ਹੋਇਆ ਪਰ ਮੇਰਾ ਖਿਆਲ ਅਵਸਰ ਜ਼ਰੂਰ ਖਤਮ ਹੋ ਜਾਣਗੇ। ਬਦਲੀ ਬਦਲੀ ਕਰਦੇ ਹਾਂ ਅਤੇ ਪਹਿਲਾਂ ਮੈਡਮ ਸੀ, ਫਿਰ ਹਰਪ੍ਰੀਤ ਸਿੱਧੂ ਆ ਗਿਆ, ਫਿਰ ਮੁਸਤਫਾ ਸਾਹਿਬ ਵੀ ਆਏ ਕੁਛ ਦਿਨ ਵਿੱਚ ਨੂੰ, ਅਤੇ ਇਸ ਤਰ੍ਹਾਂ ਅਦਲਾ ਬਦਲੀ ਅਫਸਰਾਂ ਦੀ ਜਿਹੜੇ ਹਾਈ ਅਫਸਰ ਨੇ ਉਹਨਾਂ ਦੀ ਹੋਣੀ ਇਹ ਵੀ ਕੁਦਰਤੀ ਤੌਰ 'ਤੇ ਛੱਕ ਖੜੇ ਕਰਦੀ ਆ। ਇਹ ਵੀ ਕੁਦਰਤੀ ਤੌਰ 'ਤੇ ਕਿਤੇ ਨਾ ਕਿਤੇ ਕੋਈ ਡਾਊਟ ਦੀ ਗੁੰਜਾਇਸ਼ ਆ ਕਿ ਕਿਸੇ ਵੱਡੇ ਸਮਗਲਰ ਨੂੰ ਜਦੋਂ ਫੜਨ ਦੇ ਨੇੜੇ ਪਹੁੰਚਦੇ ਨੇ ਉਦੋਂ ਹੀ ਵੱਡੇ ਅਫਸਰ ਦੀ ਤਬਦੀਲੀ ਕਰ ਦਿੱਤੀ। ਇਹੀ ਕਾਰਨ ਆ ਵੀ ਅੱਜ ਤੱਕ ਨਸ਼ੇ ਖਤਮ ਨਹੀਂ ਹੋਏ, ਵੱਧ ਗਏ ਨੇ। ਅਤੇ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਟਾਈਮ ਸਿਰ ਨਾਲਿਆਂ ਦੀ ਸਫਾਈ, ਡਰੇਨਾਂ ਦੀ ਸਫਾਈ, ਜਿਹੜੇ ਹੜ੍ਹ ਨੂੰ ਰੁਕਣ ਵਾਸਤੇ ਹੋਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ ਉਹ ਕਰਨ ਦੇ ਵਿੱਚ ਫੇਲ ਹੋਈ। ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਕਿ ਆਪਣੇ ਸ਼ਹਿਰ ਦੇ ਵਿੱਚ ਹੀ ਜਿਹੜੇ ਪੈਸਿਆਂ ਦੀ ਘਾਟ ਕਰਕੇ ਐਡਾ ਵੱਡਾ ਨੁਕਸਾਨ ਉਹਨਾਂ ਦੇ ਲੋਕਾਂ ਦੇ ਘਰਾਂ ਦਾ ਹੋ ਗਿਆ। ਇਸ ਕਰਕੇ ਇਹ ਮਿਹਣੇ ਮਾਰਨ ਦੀ ਗੱਲ ਨਹੀਂ ਹੈ। ਜ਼ਿੰਮੇਵਾਰੀ ਜਦੋਂ ਤੁਸੀਂ ਬੈਠੇ ਹੋ ਤਾਂ ਤੁਹਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਆਦਤ ਪਾਉਣੀ ਚਾਹੀਦੀ ਹੈ, ਨਾ ਕਿ ਚੁੱਕਣ ਸੁੱਟ ਕੇ ਹਮੇਸ਼ਾ ਦੂਜਿਆਂ ਦੇ ਅਤੇ ਆਪ ਬਰੀ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਇਹ ਸਾਰੀਆਂ ਜ਼ਿੰਮੇਵਾਰੀਆਂ ਸਟੇਟ ਗੌਰਮੈਂਟ ਦੀ, ਜਾਂ ਤਾਂ ਸਾਰਾ ਕੁਛ ਫਿਰ ਕੇਂਦਰ ਦੇ ਹਵਾਲੇ ਕਰ ਦੇਣ ਅਤੇ ਜੇ ਕੁਛ ਵੀ ਨਹੀਂ ਕਰਨਾ ਕਿਸੇ ਨੇ ਆਪਣੇ ਮਹਿਕਮੇ ਦਾ ਕੰਮ ਨਹੀਂ ਕਰਨਾ, ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਲੋਕਲ ਗੌਰਮੈਂਟ ਦੀਆਂ ਉਹ ਤੁਹਾਨੂੰ ਕਰਨੀਆਂ ਪੈਣਗੀਆਂ। ਜਿਹੜੀਆਂ ਇਰੀਗੇਸ਼ਨ ਡਿਪਾਰਟਮੈਂਟ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਕਰਨੀਆਂ ਪੈਣਗੀਆਂ, ਜਿਹੜੀਆਂ ਡਰੇਨੇਜ ਡਿਪਾਰਟਮੈਂਟ ਦੀਆਂ ਜ਼ਿੰਮੇਵਾਰੀਆਂ ਸਟੇਟ ਦੀਆਂ ਉਹਨਾਂ ਨੂੰ ਬਣੀਆਂ ਪੈਣਗੀਆਂ। ਇਸ ਕਰਕੇ ਕੇਂਦਰ ਸਰਕਾਰ ਨੂੰ ਜਾਂ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਜਿਹੜੀ ਹੈਗੀ ਆ ਮੇਰਾ ਉਦੋਂ ਦੇਖ ਲੈਣਾ, ਅੱਜ ਕਿਉਂ ਨਹੀਂ ਤੁਸੀਂ ਜਿਹੜੀ ਤੁਸੀਂ ਇਹ ਕਹਿੰਦੇ ਹੋ ਕਿ 6 ਮਹੀਨਿਆਂ ਬਾਅਦ ਲੋਕ ਦੱਸ ਦੇਣਗੇ, ਉਹ ਤੁਸੀਂ ਸੋਚਿਆ ਹੋਣਾ ਵੀ ਜਿਵੇਂ ਬਾਕੀ ਥਾਵਾਂ 'ਤੇ ਕਬਜ਼ੇ ਕਰਕੇ ਬੂਥ ਕੈਪਚਰ ਕਰ ਲਿਆ ਵੀ ਉਦੋਂ ਰਿਜ਼ਲਟ ਕੱਢ ਦਿਆਂਗੇ, ਇਹੀ ਸੋਚਿਆ ਹੋਣਾ ਜੀ। ਅੱਜ ਕਿਉਂ ਨਹੀਂ ਉਹ ਚੀਜ਼ ਨਜ਼ਰ ਆਉਂਦੀ, ਤੁਸੀਂ ਇਲੈਕਸ਼ਨ ਕਰਕੇ ਇਕੱਲਾ ਕੰਮ ਕਰਨਾ।
ਹੁਣ ਲੋਕ ਡੁੱਬ ਰਹੇ ਆ, ਕਾਰੋਬਾਰ ਲੋਕਾਂ ਦੇ ਡੁੱਬ ਰਹੇ ਆ, ਘਰ ਲੋਕਾਂ ਦੇ ਡੁੱਬ ਰਹੇ ਆ, ਅਤੇ ਤੁਸੀਂ ਕਹਿ ਰਹੇ ਕਿ ਮੇਰਾ ਟੈਸਟ ਜਿਹੜਾ 6 ਮਹੀਨੇ ਬਾਅਦ ਆਊਗਾ, ਅੱਜ ਕੌਣ ਜ਼ਿੰਮੇਵਾਰ? ਤੁਸੀਂ ਆਪਣੇ ਟੈਸਟ ਅੱਜ ਵੀ ਫੇਲ ਹੋ ਰਹੇ ਹੋ, ਕੱਲ੍ਹ ਵੀ ਫੇਲ ਹੋ। ਅੱਜ ਅਸੀਂ ਬੰਗਾ, ਬਸ਼ਹਿਰਾ, ਚਾਂਦੂ, ਬਹੁਤ ਸਾਰੇ ਪਿੰਡਾਂ ਜਾ ਕੇ ਆ, ਮਕਰੋੜ ਸਾਹਿਬ, ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਲਗਭਗ 22 ਕਿਲੋਮੀਟਰ ਦਾ ਜਿਹੜਾ ਦਰਿਆ ਹੈਗਾ, ਘੱਗਰ ਦਰਿਆ, ਉਹ ਚੌੜਾ ਕੀਤਾ ਹੋਇਆ, ਉੱਥੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਆ ਰਹੀ, ਠੀਕ ਚੱਲ ਰਿਹਾ। ਉਸ ਤੋਂ ਅੱਗੇ ਜਿਹੜਾ ਮਕਰੋੜ ਸਾਹਿਬ ਤੋਂ ਅੱਗੇ ਜਿਹੜਾ ਹੈਗਾ ਪੰਜਾਬ ਦਾ ਹਿੱਸਾ, ਲਗਭਗ 17 ਕਿਲੋਮੀਟਰ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ। ਥਾਂ ਥਾਂ 'ਤੇ ਜਿਹੜਾ ਪਾੜ ਪੈਣ ਦਾ ਖਦਸ਼ਾ ਹੈਗਾ, ਮੈਂ ਸਮਝਦਾ ਜੇਕਰ ਹੋਰ ਮੀਂਹ ਹਰਿਆਣਾ ਜਾਂ ਹਿਮਾਚਲ 'ਚ ਪੈਂਦਾ ਹੈਗਾ, ਜੇ ਪੰਜਾਬ 'ਚ ਵੀ ਨਹੀਂ ਪੈਂਦਾ ਤਾਂ ਵੀ ਪਾਣੀ ਦੀ ਜਿਹੜੀ ਮਾਰ ਆ ਇਸ ਇਲਾਕੇ 'ਚ ਹੋਊਗੀ। ਪੰਜਾਬ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ, ਲਗਭਗ 30-35 ਸਾਲ ਤੋਂ ਸਿਆਸਤ ਹੋ ਰਹੀ ਹੈ ਘੱਗਰ ਨੂੰ ਲੈ ਕੇ, ਕੋਈ ਪ੍ਰਬੰਧ ਨਹੀਂ ਹੈਗਾ, ਕਿਸਾਨਾਂ ਦੀ 1000 ਏਕੜ ਫਸਲ ਤਬਾਹ ਹੋ ਗਈ। ਮੇਰੀ ਪੰਜਾਬ ਸਰਕਾਰ ਤੋਂ ਮੰਗ ਹੈ ਘੱਟੋ ਘੱਟ ਹਰੇਕ ਕਿਸਾਨ ਨੂੰ 100% ਮੁਆਵਜ਼ਾ ਮਿਲੇ ਉਹਦੀ ਹੋਈ ਤਬਾਹ ਹੋਈ ਫਸਲ ਦਾ, ਔਰ ਅੱਗੇ ਤੋਂ ਜਿਹੜਾ ਘੱਗਰ ਦਾ ਪ੍ਰਬੰਧ ਕੀਤਾ ਜਾਵੇ। ਲਗਭਗ ਜਿਸ ਤਰ੍ਹਾਂ ਪਿੱਛੇ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਚੌੜਾ ਹੋਇਆ, ਉਸੇ ਤਰ੍ਹਾਂ ਚੌੜਾ ਹੋਵੇ ਔਰ ਦਰਿਆ ਦੇ ਆਲੇ ਦੁਆਲੇ ਜਿਹੜਾ ਹੈਗਾ ਬੰਨ ਬਣੇ, ਤਾਂ ਕਿ ਜਿਹੜਾ ਅੱਗੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਨੁਕਸਾਨ ਨਾ ਹੋ ਸਕੇ। ਦੇਖੋ, ਮੈਂ ਮੰਨ ਕੇ ਚੱਲਦਾ ਕਿ ਪਿਛਲੇ 35-40 ਸਾਲਾਂ ਦਾ ਆਪਾਂ ਨੂੰ ਦੇਖਦਿਆਂ ਨੂੰ ਹੋ ਗਿਆ ਕਿ ਇਸ ਤਰ੍ਹਾਂ ਜਦੋਂ ਵੀ ਚਾਰਕਣੀਆਂ ਵੱਧ ਪੈ ਜਾਂਦੀਆਂ ਨੇ, ਮੀਂਹ ਵੱਧ ਪੈ ਜਾਂਦਾ ਅਤੇ ਉਹਦੀ ਹਾਲਾਤ ਆ ਜਿਹੜੇ ਪੰਜਾਬ ਡੁੱਬਣ ਵਾਲਾ ਹੋ ਜਾਂਦਾ, ਚਾਹੇ ਆਪਾਂ ਘੱਗਰ ਦੀ ਗੱਲ ਕਰੀਏ, ਚਾਹੇ ਬਠਿੰਡੇ ਦੀ ਗੱਲ ਕਰੀਏ, ਚਾਹੇ ਪਟਿਆਲੇ ਦੀ ਗੱਲ ਕਰੀਏ, ਜਿਹੜੇ ਛੋਟੇ ਛੋਟੇ ਡਰੇਨਸ ਨੇ ਉਹ ਵੀ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਮੈਂ ਸਮਝਦਾ ਕਿ ਚਾਹੇ ਇਹ ਸਰਕਾਰ ਹੈ ਅਤੇ ਚਾਹੇ ਪਿਛਲੀ ਸਰਕਾਰ ਹੈ, ਜਿੰਨੇ ਇਹਨਾਂ ਨੇ ਦਾਅਵੇ ਕੀਤੇ ਕਿ ਅਸੀਂ ਇੰਨੇ ਪੈਸੇ ਖਰਚ ਕੀਤੇ ਨੇ ਇਹਨਾਂ ਇਸ ਪਾਣੀ ਦੇ ਪ੍ਰਬੰਧਨ ਦੇ ਵਾਸਤੇ, ਮੈਂ ਕਹਿੰਦਾ ਸਾਰੇ ਸਾਰੇ ਦਾਅਵੇ ਨੇ ਜਿਹੜੇ ਵਿਕਾਸ ਦੇ ਅਤੇ ਪ੍ਰਬੰਧਨ ਦੇ ਪੂਰੇ ਖੋਖਲੇ ਸਾਬਤ ਹੋ ਰਹੇ ਨੇ। ਸਰਕਾਰ ਦਾ ਵਿਕਾਸ ਦਾ ਚਿਹਰਾ ਜਿਹੜਾ ਅਸਲੀ ਚਿਹਰਾ ਉਹ ਨੰਗਾ ਹੋ ਚੁੱਕਿਆ। ਅੱਜ ਜੇ ਇੰਨੇ ਸਾਲਾਂ ਦੇ ਵਿੱਚ ਇਹ ਨਹੀਂ ਦੇਖ ਸਕੇ ਹੈਗੇ ਕਿ ਘੱਗਰ ਦਾ ਅਤੇ ਬਾਕੀ ਜਿਹੜੇ ਚੈਨਲਸ ਨੇ, ਬਾਕੀ ਜਿਹੜੇ ਨਦੀਆਂ ਨਾਲੇ ਨੇ, ਉਹਨਾਂ ਦੇ ਦਾ ਪਾਣੀ ਹੈ ਉਹ ਕਿਵੇਂ ਸੰਭਾਲਣਾ ਹੈ, ਅਤੇ ਬਠਿੰਡੇ ਔਰ ਪਟਿਆਲੇ ਦਾ ਆਪਾਂ ਦੇਖਿਆ ਕਿ ਉਹ ਤਲਾਬ ਬਣੇ ਪਏ ਨੇ, ਉਹ ਸਮੁੰਦਰ ਬਣੇ ਪਏ। ਸੋ ਮੈਂ ਸਮਝਦਾ ਕਿ ਸਰਕਾਰ ਹੈ ਜਿਹੜੀ ਉਹ ਬਿਲਕੁਲ ਫੇਲ ਹੋਈ ਹੈ ਔਰ ਪੁਖਤਾ ਕਦਮ ਨੇ ਜਿਹੜੇ ਇਹਦੇ ਵਾਸਤੇ ਸਰਕਾਰਾਂ ਨੂੰ ਚੱਕਣੇ ਪੈਣਗੇ। ਔਰ ਅਨਫੋਰਚੁਨੇਟਲੀ ਇਹ ਉਦੋਂ ਤੱਕ ਨਹੀਂ ਹੋਣਾ ਹੈਗਾ ਜਦੋਂ ਤੱਕ ਸਰਕਾਰ ਪੰਜਾਬ ਕੋਲ ਅੱਜ ਆਪਦੀ ਇੱਕ ਵਾਟਰ ਪੋਲਿਸੀ ਵੀ ਨਹੀਂ ਹੈਗੀ। ਜਦੋਂ 4 ਦਿਨ ਮੀਂਹ ਨਾ ਪਵੇ ਤਾਂ ਸੋਕੇ ਵਰਗੇ ਹਾਲਾਤ ਬਣ ਜਾਂਦੇ ਨੇ, ਪਾਣੀ ਹੈ ਜਿਹੜਾ ਜ਼ਮੀਨ ਹੇਠਲਾ ਉਹ 1.25 ਫੁੱਟ ਨੀਚੇ ਜਾ ਰਿਹਾ, ਅਤੇ ਜਦੋਂ ਚਾਰਕਣੀਆਂ ਵੱਧ ਪੈ ਜਾਣ ਅਤੇ ਉਦੋਂ ਹਾਲਾਤ ਨੇ ਜਿਹੜੇ ਹੜ ਵਾਲੇ ਬਣ ਜਾਂਦੇ। ਮੈਂ ਸਮਝਦਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ, ਕਿਉਂਕਿ ਜੇ ਸਹੀ ਮਾਇਨੇ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਆਪਣੇ ਸਮਾਜ ਦੇ ਵਿੱਚ, ਆਪਣੇ ਹਿੰਦੂ ਸਮਾਜ ਦੇ ਵਿੱਚ ਪੂਜੀ ਜਾਂਦੀ ਹੈ, ਉਹ ਜਿਹੜੀ ਦੇਸੀ ਗਾਂ ਅਤੇ ਦੇਸੀ ਬਲਦ ਸੀਗਾ ਉਹ ਪੂਜਿਆ ਜਾਂਦਾ ਸੀਗਾ, ਕਿਉਂਕਿ ਦੇਸੀ ਗਾਂ ਹੈ ਜਿਹੜੀ ਉਹ ਘਰ 'ਚ ਦੁੱਧ ਦਿੰਦੀ ਸੀਗੀ ਅਤੇ ਬਲਦ ਹੈ ਜਿਹੜਾ ਉਹ ਕਿਸਾਨ ਦੇ ਨਾਲ ਖੇਤ ਦੇ ਵਿੱਚ ਕੰਮ ਕਰਦਾ ਸੀਗਾ। ਪਰ ਜਿਹੜਾ ਇਹ ਜਦੋਂ ਦੀ ਜਿਹੜੀ HF ਕੁਆਲਿਟੀ, ਜਿਹਨੂੰ ਆਪਾਂ ਅਮਰੀਕੀ ਢੱਠਾ ਜਾਂ ਅਮਰੀਕੀ ਗਾਂ ਕਹਿ ਦਿੰਦੇ ਹਾਂ, ਜਦੋਂ ਦੀ ਉਹ ਆਈ ਹੈ ਉਹ ਪ੍ਰੈਕਟੀਕਲੀ ਜੇ ਦੇਖਿਆ ਜਾਵੇ ਤਾਂ ਕਾਫ਼ੀ ਹੱਦ ਤੱਕ ਮੈਂ ਤ੍ਰਿਪਤ ਰਜਿੰਦਰ ਬਾਜਵਾ ਦੇ ਨਾਲ ਸਹਿਮਤ ਵੀ ਹਾਂ, ਕਿਉਂਕਿ ਇਹ ਜਿਹੜੀ ਬਰੀਡ ਹੈ HF ਕੁਆਲਿਟੀ ਕਹਿੰਦੇ ਨੇ ਇਹਨੂੰ, ਅਤੇ ਅਮਰੀਕੀ ਢੱਠੇ ਦਾ ਜਾਂ ਅਮਰੀਕੀ ਗਾਂ ਦਾ ਆਪਣੀ ਦੇਸੀ ਗਾਂ ਦੇ ਨਾਲ, ਜਿਹਨੂੰ ਕਿ ਆਪਾਂ ਮਾਤਾ ਮੰਨਦੇ ਹਾਂ, ਜਿਹੜੀ ਕਿ ਪੂਜਨੀ ਹੈ, ਉਹਦੇ ਨਾਲ ਪ੍ਰੈਕਟੀਕਲੀ ਕੋਈ ਲਿੰਕ ਨਹੀਂ ਹੈਗਾ। ਸੋ ਮੈਂ ਸਮਝਦਾ ਕਿ ਇਹਦੇ ਲਈ ਇੱਕ, ਕਿਉਂਕਿ ਅੱਜ ਜੇ ਹਾਲਾਤ ਦੇਖੇ ਜਾਵੇ ਪੰਜਾਬ ਦੀਆਂ ਸੜਕਾਂ ਦੇ, ਬਾਜ਼ਾਰਾਂ ਦੇ ਵਿੱਚ, ਗਲੀਆਂ ਦੇ ਵਿੱਚ ਜਿੰਨੇ ਵਾਇਲੈਂਟ, ਜਿੰਨੇ ਐਕਸੀਡੈਂਟ ਹੁੰਦੇ ਨੇ ਜਾਂ ਜਿੰਨੇ ਅਵਾਰਾ ਪਸ਼ੂ ਭਿੜਦੇ ਨੇ, ਉਹ ਸਿਰਫ ਅਮਰੀਕੀ ਨੇ। ਜਿਹੜਾ ਦੇਸੀ ਚਾਹੇ ਬਲਦ ਹੈ ਅਤੇ ਚਾਹੇ ਗਾਂ ਹੈ, ਉਹ ਭਿੜਦੇ ਨਹੀਂ ਹੈਗੇ, ਉਹ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਕਰਦੇ ਹੈਗੇ। ਸੋ ਮੈਂ ਸਮਝਦਾ ਕਿ ਡੈਫੀਨੇਟਲੀ ਇਹ ਮਸਲਾ ਮੈਂ ਪਿਛਲੀ ਵਾਰੀ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਸੀਗਾ। ਮੈਂ ਸਮਝਦਾ ਕਿ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਅਤੇ ਇਹਨੂੰ ਸਿਰਫ ਔਰ ਸਿਰਫ ਧਰਮ ਦੇ ਨਾਲ ਨਾ ਜੋੜ ਕੇ ਇਹਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਹੈ ਕਿ ਕਿਹੜੀ ਸਾਡੀ ਓਰਿਜਿਨਲ ਦੇਸੀ ਗਾਂ ਜਾਂ ਬਲਦ ਹੈ ਜਿਹਨੂੰ ਕਿ ਅਸੀਂ ਪੂਜਦੇ ਰਹੇ ਹਾਂ ਅਤੇ ਪੂਜਣਾ ਚਾਹੀਦਾ, ਅਤੇ ਕਿਹੜਾ ਜਿਹੜਾ ਅਮਰੀਕੀ ਢੱਠਾ ਜਿਹਦਾ ਕੋਈ ਨਾ ਸਾਈਕੋਲੋਜੀਕਲੀ, ਨਾ ਉਹਦਾ ਇਮੋਸ਼ਨਲੀ, ਨਾ ਰਿਲੀਜੀਅਸਲੀ ਜਿਹਦਾ ਲਿੰਕ ਨਹੀਂ ਹੈਗਾ, ਉਹਨਾਂ ਨੂੰ ਜ਼ਰੂਰ ਡਿਫਰੈਂਸ਼ੀਏਟ ਕਰਨਾ ਚਾਹੀਦਾ। ਬੜੀ ਮੰਦਭਾਗੀ ਘਟਨਾ ਪੁਰਤਗਾਲ 'ਚ ਹੋਈ। ਪੰਜਾਬ ਤੋਂ 4 ਲੜਕੇ ਉੱਤੇ ਗਏ ਸੀ ਔਰ ਥੋੜ੍ਹੇ ਦਿਨਾਂ ਬਾਅਦ ਹੀ, 3 ਮਹੀਨਿਆਂ ਬਾਅਦ ਉਹਦਾ ਇੱਕ ਐਕਸੀਡੈਂਟ 'ਚ ਡੈਥ ਹੋ ਗਈ। 4 ਲੋਕਾਂ ਦੀ ਜੋ 3-4 ਹਲਕੇ ਨਾਲ ਸੰਬੰਧਿਤ ਸਨ। ਮੈਂ ਉਸ ਸਿਲਸਿਲੇ ਵਿੱਚ ਮਾਨਯੋਗ ਵਿਦੇਸ਼ ਮੰਤਰੀ ਜੀ ਨੂੰ ਮਿਲਿਆ ਸੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਲਦੀ ਤੋਂ ਜਲਦੀ ਉਹਦੀ ਡੈਡ ਬੋਡੀ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਬਹੁਤ ਅਫਸੋਸ ਪ੍ਰਗਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਜਲਦੀ ਹੋ ਸਕਿਆ ਇਹਦਾ ਪ੍ਰਬੰਧ ਕਰਨਗੇ ਵਿਦੇਸ਼ ਸਾਡੀ ਸਰਕਾਰ। ਇਹਦੀ ਬੜੀ ਡੇਰ ਬਾਬਾ ਨਾਨਕ ਦੇ ਜਿਹੜੇ ਪਿੰਡ 5 ਨੇ ਇਹਨਾਂ 'ਚ ਪਹਿਲਾਂ ਕੀਤਾ, ਜਿਹੜੇ ਮਿਊਂਸਪੈਲਿਟੀ 'ਚ ਅਸੀਂ ਲੈ ਕੇ ਆ ਰਹੇ ਹਾਂ। ਉਹਦੇ ਲਈ ਟੋਟਲ ਹੁਣ ਤੱਕ ਜਿਹੜਾ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਅਤੇ ਦੂਸਰੇ ਜਿਹੜੇ ਪਿੰਡਾਂ ਲਈ 8 ਪਿੰਡ ਨੇ ਉਹਨਾਂ ਲਈ ਸਾਡੇ ਕੋਲ 75 ਕਰੋੜ ਰੁਪਈਆ ਕੈਪਟਨ ਸਾਹਿਬ ਨੇ ਵੱਖ ਵੱਖ ਕੰਮਾਂ ਲਈ ਉਹਨਾਂ ਨੇ ਸਾਨੂੰ ਇਰਮਾ ਕਰ ਦਿੱਤਾ। ਡੀ ਸਾਹਿਬ ਨਾਲ ਬੈਠੇ ਆ ਔਰ ਇਹਨਾਂ ਸਾਰਿਆਂ ਦੇ ਟੈਂਡਰ ਲੱਗ ਗਏ ਆ, ਕੰਮ ਸਾਡੇ ਸਟਾਰਟ ਨੇ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ
ਛੱਪੜਾਂ ਦੀ ਜਿਹੜੀ ਸਫਾਈ ਸੀ ਉਹ ਸਿੰਚੇਵਾਲ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਅਤੇ ਉਹਨਾਂ ਨੂੰ ਪੰਜ ਪਿੰਡ ਦਾ ਉਹਨਾਂ ਨੇ ਕੰਮ ਸਟਾਰਟ ਕਰ ਦਿੱਤਾ ਅਤੇ ਨਾਲ ਹੀ ਜਿਹੜੇ ਅੱਠ ਪਿੰਡ ਨੇ ਉਹਨਾਂ ਦਾ ਵੀ ਕਰਤਾ ਕਿ ਉਹ ਵੀ ਇਮੀਡੀਏਟਲੀ ਕਰ ਦੇਣ ਤਾਂ ਕਿ ਜਿਹੜਾ ਆਉਣ ਵਾਲਾ ਨਵੰਬਰ ਦੇ ਵਿੱਚ ਉਹ ਤੋਂ ਪਹਿਲਾਂ ਇਹਨਾਂ ਪਿੰਡਾਂ ਦੀ ਪੂਰੀ ਦੀ ਪੂਰੀ ਡਿਵੈਲਪਮੈਂਟ ਕੀਤੀ ਜਾ ਸਕੇ।